असीं चाहुंदे आ वी गुरु ग्रंथ साहिब दा सत्कार इसे तरह रहे बरकरार, गुरु साहिब जी दा सत्कार इसे तरह रहे तां भराओ आपां वी अपणियां जिम्मेवारियां नूं संभाल के। श्री गुरु ग्रंथ साहिब दीआं लगातार हो रहीआं बेअदबीआं रोकण लई सिख संगतां विच भारी रोस पाया जा रहा है। लगातार वापरीआं घटनावां कारण सिख हिरदे वलुंदरे पए ने। इस कारण सिख संगतां वल्लों लगातार बेअदबीआं रोकण दी मंग कीती जा रही है। फिरोजपुर जिले के भाई गुरलाल सिंह वल्लों बेअदबीआं रोकण लई एक शलाघायोग उपराला कीता गया। उन्हां वल्लों साइकल ते पिंडों पिंड यात्रा शुरू की गई है। वह वख-वख पिंडां च जा के बेअदबीआं नूं रोकण लई होका दे रहे ने। ਕੀ ਨਾਮ ਹੈ ਜੀ ਤੁਹਾਡਾ? ਗੁਰਲਾਲ ਸਿੰਘ ਜੀ। ਗੁਰਲਾਲ ਸਿੰਘ ਜੀ, ਤੁਸੀਂ ਜਿਹੜਾ ਇੱਕ ਮਿਸ਼ਨ ਲੈ ਕੇ ਚੱਲੇ ਹੋ ਬੇਅਦਬੀ ਮਾਮਲਿਆਂ 'ਤੇ, ਕੀ ਹੈਗਾ ਤੁਹਾਡਾ, ਕਿੱਥੋਂ ਸਟਾਰਟਿੰਗ ਕੀਤੀ ਹੈ ਤੁਸੀਂ, ਕਿੰਨੇ ਪਿੰਡ ਤੁਸੀਂ ਕਵਰ ਕੀਤੇ ਆ, ਕਿੰਨੇ ਕਰਨੇ ਆ? ਅਸੀਂ ਜੀ, ਮੇਰਾ ਪਿੰਡ ਲੌਂਗੋਦੇਵਾ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਜੀ। ਸਾਨੂੰ ਇੱਕ US ਤੋਂ ਭਾਈ ਸਾਹਿਬ ਜੀ ਨੇ, ਭਾਈ ਰਾਮ ਸਿੰਘ ਜੀ, ਉਹਨਾਂ ਨੇ ਸਾਨੂੰ ਇਸ ਚੀਜ਼ ਬਾਰੇ ਆਖਿਆ, ਮਤਲਬ ਦੱਸਿਆ ਬਈ ਬੇਅਦਬੀਆਂ ਹੋ ਰਹੀਆਂ ਆਪਣੇ ਪਿੰਡਾਂ ਦੇ ਵਿੱਚ। ਇਸ ਚੀਜ਼ ਬਾਰੇ ਥੋੜ੍ਹਾ ਜਿਹਾ ਪਿੱਛੇ ਸੀਗੇ ਉਦੋਂ, ਪਰ ਜਦੋਂ ਸੰਗਤਾਂ ਨੇ, ਨੌਜਵਾਨਾਂ ਨੇ, ਪਿੱਛੇ ਜਿਹੇ ਇੱਕ ਔਰਤ ਨੇ ਗੁਰੂ ਗ੍ਰੰਥ ਸਾਹਿਬ ਮਾਰ ਅਤੇ ਤੇਲ ਪਾ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ, ਉਸ ਦਿਨ ਦੇ ਉੱਤੋਂ ਮਨ ਦੇ ਵਿੱਚ ਨਾ ਇੱਕ ਇਹੋ ਇੱਦਾਂ ਦਾ ਹੋ ਗਿਆ ਸੀਗਾ ਵੀ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਸਾਡੀਆਂ ਜ਼ਮੀਰਾਂ ਮਰ ਗਈਆਂ, ਅਸੀਂ ਇਸ ਪੰਜਾਬ ਦੇ ਵਿੱਚ ਰਹਿੰਦੇ ਹਾਂ, ਐਡੇ ਐਡੇ ਮਾਵਾਂ ਨੇ ਸ਼ੇਰ ਪੋਤੇ ਇੱਥੇ ਪੈਦਾ ਕੀਤੇ ਆ, ਅੱਜ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਾਰੀ ਦੀ ਬੇਅਦਬੀ ਹੋ ਰਹੀ ਹੈ, ਅਤੇ ਸਾਨੂੰ ਕੁਛ ਨਾ ਕੁਛ ਉਪਰਾਲਾ ਕਰਨਾ ਚਾਹੀਦਾ। ਉਸ ਤੋਂ ਬਾਅਦ ਅਸੀਂ ਫਿਰ ਜੀ ਇਹ ਮਨ ਦੇ ਵਿੱਚ ਧਾਰ ਲਿਆ ਸੀਗਾ ਵੀ ਇਸ ਜੀਵਨ 'ਤੇ ਮਰ ਜਾਣ ਭਲੋਰੇ, ਜਦੋਂ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਊਗੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਹੁਣ ਜਿੰਨਾ ਚਿਰ ਸਵਾਸ ਰਹਿਣਗੇ ਉਨਾ ਚਿਰ ਇਹ ਗੁਰਲਾਲ ਸਿੰਘ ਉਨਾ ਚਿਰ ਪਿੰਡਾਂ ਦੇ ਵਿੱਚ, ਹਰੇਕ ਪੰਜਾਬ ਦੇ ਵਿੱਚ ਕੋਨੇ ਕੋਨੇ ਦੇ ਵਿੱਚ ਪ੍ਰਚਾਰ ਕਰੂਗਾ ਬੇਅਦਬੀ ਰੋਕਣ ਦੀ ਬਾਬਤ। ਹੁਣ ਤੱਕਰ ਅਸੀਂ 95 ਪਿੰਡ ਅਸੀਂ ਕਵਰ ਕਰ ਚੁੱਕੇ ਹਾਂ ਜੀ। ਜਿਵੇਂ ਗੱਲ ਕਰਦੇ ਹਾਂ, ਕਿਉਂਕਿ ਇੱਕ ਮਿਸ਼ਨ ਹੁੰਦਾ, ਕੋਈ ਸੰਸਥਾ ਵੱਲੋਂ ਤੁਸੀਂ ਕਰ ਰਹੇ ਹੋ ਜਾਂ ਇੰਡੀਵਿਜੁਅਲੀ ਆਪਦੇ ਤੌਰ 'ਤੇ ਸ਼ੁਰੂ ਕੀਤਾ ਤੁਸੀਂ ਇਹ ਜਿਹੜਾ? ਨਹੀਂ ਜੀ, ਅਸੀਂ ਕਿਸੇ ਸੰਸਥਾ ਵੱਲੋਂ ਨਹੀਂ ਕਰਦੇ, ਅਸੀਂ ਇੱਕ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਰ ਰਹੇ ਹਾਂ ਪ੍ਰਚਾਰ, ਕਿਉਂਕਿ ਹੋਣਾ ਵੀ ਚਾਹੀਦਾ। ਜੇ ਅਸੀਂ ਕਿਸੇ ਧੜੇਬੰਦੀ ਦੇ ਵਿੱਚ ਪੈ ਗਏ, ਕਿਸੇ ਇੱਕ ਸੰਸਥਾ ਦੇ ਵਿੱਚ ਪੈ ਗਏ, ਫਿਰ ਉਹ ਧੜੇਬੰਦੀ ਬਣ ਜਾਂਦੀ ਆ, ਉੱਥੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਤਾਂ ਸਾਨੂੰ ਪ੍ਰਚਾਰ ਕਰਨਾ ਚਾਹੀਦਾ। ਇਸ ਕਰਕੇ ਸਾਡੇ ਨਾਲ, ਸਾਨੂੰ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ, ਸਾਡੇ ਨਾਲ ਜਿਹੜੇ ਮਰਜ਼ੀ ਸਾਥ ਸਿੰਘ ਦੇਣ, ਅਸੀਂ ਉਹਨਾਂ ਦੇ ਆਪਣਾ ਜੋ ਸਾਡੇ ਸਾਡੇ ਸਾਥ ਦੇਣਗੇ ਅਸੀਂ ਉਹਨਾਂ ਦੇ ਨਾਲ ਹਾਂ, ਅਤੇ ਸਾਡਾ ਕੋਈ ਜਥੇਬੰਦੀ ਨਾਲ ਕਨੈਕਟ ਨਹੀਂ, ਅਸੀਂ ਆਪਣੇ ਤੌਰ 'ਤੇ ਪ੍ਰਚਾਰ ਕਰ ਰਹੇ ਹਾਂ ਜੀ। ਜਿਵੇਂ ਗੱਲ ਕਰਦੇ ਹਾਂ, ਤੁਸੀਂ ਪ੍ਰਚਾਰ ਲੈ ਕੇ ਕਿਉਂ ਗੁਰੂ ਘਰਾਂ ਦੀ ਬੇਅਦਬੀ ਹੋ ਰਹੀ ਆ, ਕੀ ਲੱਗਦਾ ਤੁਹਾਨੂੰ, ਕਿਉਂਕਿ ਇੱਕ ਪਿੰਡ ਦੇ ਵਿੱਚ ਚਾਰ ਚਾਰ ਗੁਰੂ ਘਰ ਵੱਜ ਜਾਣੇ ਅਤੇ ਉਹਨਾਂ ਦੀ ਅਸੀਂ ਸਾਂਭ ਸੰਭਾਲ ਨਾ ਕਰ ਸਕਦੇ, ਕੀ ਲੱਗਦਾ ਤੁਹਾਨੂੰ? ਵੇਖੋ ਜੀ, ਇਹਦੇ ਵਿੱਚ ਅਸੀਂ ਸਰਕਾਰਾਂ ਦੀ ਨਲੇਕੀ ਵੀ ਕਹਿੰਦੇ ਹਾਂ, ਪਰ ਸਾਡੀ ਵੀ ਨਲੇਕੀ ਹੈਗੀ ਹੈ। ਜੇ ਸਾਡੇ ਨੋਰਮਲ ਪਿੰਡ ਹੈ, ਇੱਕ ਛੋਟਾ ਪਿੰਡ ਆ, ਉਹਦੇ ਵਿੱਚ ਸਿਰਫ ਸਾਡਾ ਇੱਕ ਗੁਰੂ ਘਰ ਚਾਹੀਦਾ, ਅਸੀਂ ਜਾਤਾਂ ਪਾਤਾਂ ਦੇ ਨਾਂ 'ਤੇ ਗੁਰਦੁਆਰੇ ਅਸੀਂ ਬਣਾ ਲਏ, ਇੱਕ ਪਿੰਡ ਦੇ ਵਿੱਚ ਚਾਰ ਚਾਰ ਪੰਜ ਪੰਜ ਗੁਰਦੁਆਰੇ ਆ ਜੀ, ਅਤੇ ਉਸ ਚਾਰ ਪੰਜ ਗੁਰਦੁਆਰਿਆਂ ਦੇ ਵਿੱਚ ਚਾਰ ਪੰਜ ਗ੍ਰੰਥੀ ਆ ਇੱਕ ਨਿੱਕੇ ਜਿਹੇ ਪਿੰਡ 'ਚ, ਅਤੇ ਇੱਕ ਗ੍ਰੰਥੀ ਦੀ ਭੇਟਾ ਹੋਊਗੀ 5000 ਰੁਪਈਆ, ਅਤੇ ਬਾਈ ਜੀ ਅੱਜ ਕੱਲ੍ਹ 5000 ਰੁਪਈਏ ਨੇ ਕੀ ਬਣਦਾ, ਜਿਹੜੇ 5000 ਲੈਣਾ ਉਹਨੇ ਸੇਵਾ, ਮਾਫ਼ ਕਰਿਓ ਗੱਲ ਕਹਿ ਰਿਹਾ, ਉਹਨੇ ਸੇਵਾ ਵੀ ਸੇਵਾ ਸੰਭਾਲ ਵੀ ਉਹਨੇ ਉਸੇ ਤਰ੍ਹਾਂ ਦੀ ਕਰਨੀ ਆ। ਇਸ ਕਰਕੇ ਆਪਾਂ ਗੁਰੂ ਘਰ ਵੀ ਜੇ ਛੋਟੇ ਪਿੰਡ ਆ, ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਰਾਵੋ, ਆਪਾਂ ਆਪਣੀ ਆਪਣੀ ਖਾਤਰ, ਆਪਣੀ ਟੌਹਰਾਂ ਦੀ ਖਾਤਰ ਗੁਰੂ ਘਰੇ ਜ਼ਿਆਦਾ ਨਾ, ਆਪਣੇ ਪਿੰਡਾਂ ਦੇ ਵਿੱਚ ਜ਼ਿਆਦਾ ਗੁਰੂ ਘਰ ਨਾ ਬਣਾਈਏ, ਇੱਕ ਗੁਰੂ ਘਰ ਬਣਾਈਏ, ਛੋਟਾ ਪਿੰਡ ਤਾਂ ਇੱਕ ਗੁਰੂ ਘਰ ਹੀ ਹੋਣਾ ਚਾਹੀਦਾ, ਤਾਂ ਜੋ ਆਪਾਂ ਉੱਥੇ ਗ੍ਰੰਥੀ ਸਿੰਘ ਨੂੰ ਚੰਗੀ ਤਨਖਾਹ ਦੇ ਸਕੀਏ, ਉਹਦੇ ਬੱਚਿਆਂ ਦਾ ਰੁਜ਼ਗਾਰ ਵੀ ਵਧੀਆ ਚੱਲੇ, ਉਹ ਪੜ੍ਹਾਈ ਲਿਖਾਈ ਦੇ ਬੱਚੇ ਕਰਦੇ ਵਧੀਆ ਕਰ ਸਕਣ, ਅਤੇ ਉਹ ਸੇਵਾ ਸੰਭਾਲ ਵੀ ਵਧੀਆ ਖੁਸ਼ੀ ਨਾਲ ਕਰੂਗਾ, ਕਿਉਂਕਿ ਜੇ ਤਨਖਾਹ ਪੂਰੀ ਮਿਲੂਗੀ ਤਾਂ ਜੀ। ਹੁਣ ਤੱਕ ਤੁਸੀਂ ਕਿੰਨੇ ਪਿੰਡ ਨੇ ਜਿਹੜੇ ਕਵਰ ਕਰ ਚੁੱਕੇ ਹੋ, ਕਿੱਦਾਂ ਦਾ ਪਬਲਿਕ ਦਾ, ਸੰਗਤ ਦਾ ਕਿੱਦਾਂ ਦਾ ਰਿਸਪੌਂਸ ਰਿਹਾ? ਦੇਖੋ ਜੀ, ਜਿਹੜੇ ਪਿੰਡ 'ਚ ਅਸੀਂ ਜਾਂਦੇ ਹਾਂ, ਉੱਥੇ ਇੱਕ ਪਿੰਡ ਦੇ ਵਿੱਚ, ਜੇ ਵੱਡਾ ਪਿੰਡ ਆ ਜੀ ਬਹੁਤ, ਅਤੇ ਉੱਥੇ ਸਾਨੂੰ 35-40 ਨੌਜਵਾਨ ਸਾਡੇ ਉਹ ਸਾਨੂੰ ਮਿਲ ਪੈਂਦੇ ਆ, ਸਾਡੇ ਨਾਲ ਸਾਥ ਦਿੰਦੇ ਆ, ਕਹਿਣਗੇ ਮਤਲਬ ਵੀ ਅਸੀਂ ਵੀਰ ਜੀ ਸਾਡੇ ਨੰਬਰ ਲਓ ਤੁਸੀਂ, ਅਸੀਂ ਤੁਹਾਡੇ ਨਾਲ ਖੜਾਂਗੇ, ਜਿੱਥੇ ਤੁਸੀਂ ਕਹੋਗੇ ਸਾਡੀ ਸੇਵਾ ਲਾਓਗੇ, ਅਸੀਂ ਇੱਥੇ ਕਰਨ ਨੂੰ ਤਿਆਰ ਹਾਂ। ਪਰ ਰੌਲਾ ਪਤਾ ਕੀ ਹੈ ਜੀ, ਅੱਜ ਸਾਡੀ ਕੌਮ ਨੂੰ ਲੋੜ ਹੈ ਇੱਕ ਜਗਾਉਣ ਦੀ, ਇੱਕ ਜਿੱਦਾਂ ਸੁੱਤਾ ਪਿਆ ਨਾ ਬੰਦਾ, ਉਹਨੂੰ ਹਲੂਣਾ ਦੇਣਾ ਪੈਂਦਾ ਵੀ ਉੱਠ ਵੀਰੇ ਉੱਠ, ਅਤੇ ਜਦੋਂ ਆਪਾਂ ਹਲੂਣਾ ਦਿੰਦੇ ਉਹ ਉੱਠ ਪੈਂਦਾ, ਅਤੇ ਜਦੋਂ ਆਪਾਂ ਨੂੰ ਅੱਜ ਹਲੂਣਾ ਦੇਣ ਦੀ ਲੋੜ ਆ, ਇਹ ਸਾਡਾ ਜਿਹੜਾ ਮਾਇਕ ਫੜਿਆ ਨਾ ਮੇਰੇ ਹੱਥ ਦੇ ਵਿੱਚ, ਹਲੂਣਾ ਦੇਣ ਵਾਸਤੇ ਹੀ ਆ, ਵੀ ਪਤਾ ਨਹੀਂ ਕਿਹਨੇ ਸ਼ੇਰ ਬਣ ਜਾਣਾ, ਪਤਾ ਨਹੀਂ ਕਿਹਨੇ ਸੂਰਮਾ ਬਣ ਜਾਣਾ ਵੀ ਇਸ ਸੰਘਰਸ਼ ਦੇ ਵਿੱਚ ਤੁਰ ਪੈਣਾ। ਸੋ ਇਸ ਕਰਕੇ ਬਹੁਤ ਨੌਜਵਾਨ ਤੁਰਦੇ ਆ ਜੀ, ਭਾਵੇਂ ਉਹਨਾਂ ਦੇ ਕੇਸ ਰੱਖੇ ਆ ਭਾਵੇਂ ਨਹੀਂ ਰੱਖੇ, ਪਰ ਸਾਥ ਫੁੱਲ ਦਿੰਦੇ ਆ, ਇਸ ਚੀਜ਼ ਦਾ ਸਾਨੂੰ ਪਤਾ। ਅਵਤਾਰ ਸਿੰਘ ਜੀ, ਮੁੱਖ ਪ੍ਰਚਾਰਕ ਗੁਰਦੁਆਰਾ ਗੁਰਸਾਗਰ ਮਸਤੋਹਣਾ ਸਾਹਿਬ। ਅਵਤਾਰ ਸਿੰਘ ਜੀ, ਤੁਹਾਡੇ ਪਿੰਡ ਗੁਰਲਾਲ ਸਿੰਘ ਜੀ ਆਏ ਨੇ, ਕਿਉਂਕਿ ਆਪਾਂ ਦੇਖਦੇ ਹਾਂ ਲੰਬੇ ਸਮੇਂ ਤੋਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ,
लोगों को जागरूक करना आ रहे हैं क्योंकि पिंडों के दो तीन चार चार गुरुद्वारे भी बन चुके हैं। की लगता तुहानू जो ये मिशन लैके चले ने लोग जां तुहाडा पिंड अज तुहाडे पिंड दे विच किन्ना साथ दे रहे? देखो जिहड़ा गुरलाल सिंह जी मिशन लैके चले ने ये बहुत वधिया मिशन है। असी मैं भी एक प्रचारक होने के नाते पिंडां दे विच असी भी ये होका दिंदे आ भी गुरु घर है जिहड़ा वह पिंडां दे विच इक होना चाहीदा। पर साढ़े ये जिहड़े सियासी लीडर ने जां सियासी पार्टियां ने अलग अलग ग्रांटां दे के सानू अड अड तबकियां दे विच वंडता। गुरु घर गुरद्वारा गुरु साहब का तो कोई गुरद्वारा रहा नहीं, कोई रामगढ़िया का गुरद्वारा बन गया, कोई रविदासिया का गुरद्वारा बन गया, कोई मजहबी सिंह का गुरद्वारा बन गया, कोई जटा का गुरद्वारा बन गया, इदा जातों के गुरद्वारे बन गए, गुरु का गुरद्वारा नहीं कोई रहा। इन्हों का जो मिशन है अज बडरुखा पहुँचे ने असी इन्हों जियो ए भी कहने और इन्हों मिशन के साथ पिंड बडरुखा के जोड़े नौजवान ने जोड़े गुरमत विचारधारा के जुड़े हुए हैं पार्टीबाजी तो उपर उठ के अज इन असी पूरा साथ दे रहे हैं। अगे वास्ते भी असी इन आपके फोन नंबर भी देवे भी जे कि भी लोड़ पैंती है इन्हों तो सानू ये कॉल कर सकते हैं, असी इन्हों की मदद करने तैयार हाँ। भाई गुरलाल सिंह वालों हुण तक 95 पिंड प्रचार किया जा चुका है जिसका सिख संगत वालों भरवा हुंगारा तो वड्डी गिणती च साथ दिता जा रहा है। भाई गुरलाल सिंह वालों हुण तक 95 पिंड प्रचार किया जा चुका है जिसका सिख संगत वालों भरवा हुंगारा तो वड्डी गिणती च साथ दिता जा रहा है। भाई गुरलाल सिंह का कहना है कि वह ये प्रचार अपने आखिरी साह तक जारी रखेंगे। हकीकत टीवी पंजाबी दे लई संगरूर तो अनिल जैन की रिपोर्ट। अज तक अनेक दुखी भैन भरावां दे उछड़े घरां नूं वसाउण वाले गरीबां ते लोड़वंदां दे सच्चे हमदर्द बाबा आजम खान 98156-30410 पता लुधियाना। तुहाडी तकदीर कदों बदलेगी? की तुहानूं तुहाडा सच्चा प्यार मिलेगा जां नहीं? लाटरी तो धन मिलेगा जां नहीं? सच्चाई जाणो, वशीकरण करवाओ, मन चाह प्यार अपने वश च करो। परेशानी जिवें खोया प्यार वापस पाउणा, प्रेमी प्रेमिका च झगड़ा, तलाक केस, सौतन दुश्मन तो छुटकारा, विदेश यात्रा जां विदेश च पक्का होना, कर्जे तो मुक्ति, औलाद सुख, प्यार च धोखा खा चुके प्रेमी प्रेमिका एक बार जरूर संपर्क करो। मैं तुहाडा प्यार नहीं टुटन देवांगा।